अगली आप दीपक जी गल करते जाइए। साबका मुख्यमंत्री चरणजीत चन्नी हुणी सवेरे कहिंदे वी आप दलित विरोधी आ, कहिंदे शाम ताईं सामन वी पहुंच गए। बिल्कुल जी, चरणजीत चन्नी होरी अजकल ईडी दी रडार ते भी हैगे ने, है ना। उन्हां दे भतीजे कंपाणजे जिवें आपां कहिंदे ओह भी घेरेबंदी च रहे ने, ते इह भी परिवार निशाने ते हैगा है। ते दूसरे पासे पहलां हवा च इह भी गल्लां खूब उड़ियां कि जी बीजेपी च जा रहे ने, जी बीजेपी नाल गल चल पई, जी कुछ भी। पर जदों असीं इधर उधर पता कीता, पता लग्या कि नहीं, ना बीजेपी जाण दा मन आ, ना बीजेपी दा अजे लैण दा मन आ। सो इसलिए उह एपीसोड हवा च सी। पर चरणजीत चन्नी इस गलों जरूर साइडलाइन बैठे सी कि मेरे को कांग्रेस भी अप्रोच नहीं कर रही, मैं तो कांग्रेस भी नहीं कहते कि आओ चलिए जी चुनाव प्रचार लिए। इसलिए फिर बकायदा प्रताप बाजवा ने पहुंच की, बकायदा लीडर मिले, तो फिर वह सरगर्म हो गए। कल फिर कागज भरन लग्या भी नाल सी, बस च भी नाल सी, ते फिर प्रेस कॉन्फ्रेंस दे विच भी उन्होंने दब के गड़का मारिया, कहिंदे कि मैनू तो ऐ लगता जी मैं आम आदमी पार्टी दलित विरोधी हो, यह दम तो भरती है कि असी लोग पक्षी फैसले लैंने, पर यह तो दलित तो हिंदू विरोधी भी है। वह कहिंदे कहिंदे कि किथे आ केजरीवाल का वादा, किथे आ भगवंत मान का ऐलान, किथे आ इस पार्टी का लोगों ने दित्ती गरंटी कि असीं दलित और हिंदू नूं उप मुख्यमंत्री बनावांगे। कहिंदी अज तक क्यों नहीं बनाया, साल तो उपर समा गुजर गया, इसलिए तो दलित विरोधी ने। हुण विजिलेंस ने 12 तरीक नूं, 12 अप्रैल नूं पहला ही सद्या होया सी चरणजीत चन्नी। जी जी, हुण 12 अप्रैल नूं सद्या सी, पर इन्हां ने कहिंदे जी चरणजीत चन्नी होरां ने सुनेहा भेजता सी कि जी मैं 12 अप्रैल नूं पेश नहीं हो सकदा, मैं 20 अप्रैल नूं आऊंगा। ਤੇ ਉਹ 20 ਅਪ੍ਰੈਲ ਦੀ ਤਰੀਕ ਕਹਿੰਦੇ ਬੁੱਕ ਹੋ ਗਈ। ਪਰ ਜਦੋਂ ਸਵੇਰੇ ਪ੍ਰੈਸ ਕਾਨਫਰੰਸ ਦੇ ਵਿੱਚ, ਦੁਪਹਿਰ ਤੱਕ ਪ੍ਰੈਸ ਕਾਨਫਰੰਸ, ਚਰਨਜੀਤ ਚੰਨੀ ਨੇ ਇਹ ਗੱਲ ਆਖੀ ਕਿ ਆਮ ਆਦਮੀ ਪਾਰਟੀ ਦਲਿਤ ਵਿਰੋਧੀ ਹੈ, ਨਾ ਇਹ ਦਲਿਤ ਭਾਈਚਾਰੇ ਚੋਂ ਕਿਸੇ ਨੁਮਾਇੰਦੇ ਨੂੰ ਉਪ ਮੁੱਖਮੰਤਰੀ ਬਣਾ ਰਹੀ ਹੈ, ਨਾ ਹਿੰਦੂਆਂ ਚੋਂ ਕਿਸੇ ਨੂੰ ਉਪ ਮੁੱਖਮੰਤਰੀ ਬਣਾ ਰਹੀ ਹੈ, ਝੂਠੇ ਵਾਅਦੇ ਕਰਦੀ ਆ, ਇਹ ਤਾਂ ਦਲਿਤਾਂ ਦੇ ਉਲਟ ਆ। ਤੇ ਕਹਿੰਦੇ ਤੇ ਸ਼ਾਮ ਨੀ ਢਲਣ ਦਿੱਤੀ ਜਦ ਇਹ ਸੰਮਣ ਆ ਗਿਆ ਵਿਜੀਲੈਂਸ ਦਾ ਨਵਾਂ ਕਿ 14 ਨੂੰ ਹੀ ਆ ਜਾਓ, ਅਗਲੇ ਦਿਨ ਹੀ ਆ ਜਾਓ ਮਤਲਬ। ਸੋ ਉਹ ਵੀ ਸੰਮਣ ਕਹਿੰਦੇ ਵਟਸਐਪ ਤੇ ਆਇਆ, ਇਹ ਪ੍ਰਤਾਪ ਬਾਜਵਾ ਨੇ ਦੱਸਿਆ। ਪ੍ਰਤਾਪ ਬਾਜਵਾ ਕਹਿੰਦਾ ਇੰਨੀ ਕਾਹਲ ਹੈ। ਸੋ ਇਸ ਲਈ ਹੁਣ ਉਹ ਕਹਿੰਦੇ ਕਿ ਕਾਂਗਰਸ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ, ਹੁਣ ਇਹ ਨਿਸ਼ਾਨਾ ਬਣਾਇਆ ਜਾ ਰਿਹਾ ਜਾਂ ਕਾਂਗਰਸ ਹੀ ਆਪਣੀਆਂ ਕੀਤਿਆਂ ਦਾ ਭੋਗ ਰਹੇ ਨੇ, ਇਹ ਤਾਂ ਵੱਖਰਾ ਸਵਾਲ ਖੜਾ ਹੈ। ਪਰ ਕੀ ਸਰਕਾਰ ਦੇ ਇਸ਼ਾਰੇ ਤੇ ਹੁੰਦਾ ਹੈ ਜਾਂ ਇੰਨੀ ਵਿਜੀਲੈਂਸ ਤੇਜ਼ ਹੈ, ਇੰਨਾ ਐਕਸ਼ਨ ਤੇਜ਼ ਹੋ ਗਿਆ ਉਹਨਾਂ ਦਾ, ਸੋ ਇਹ ਸਵਾਲ ਖੜੇ ਹੁੰਦੇ ਨੇ। ਸੋ ਇਸ ਲਈ ਚਰਨਜੀਤ ਚੰਨੀ ਦੀਆਂ ਜਿੱਥੇ ਆਡੀਓ ਵੀਡੀਓ ਕਲਿੱਪ, ਹਾਸੇ ਠੱਠੇ ਭੰਗੜਾ, ਹੈ ਨਾ, ਉਹ ਸਾਰਾ ਕੁਛ ਕਿੰਨੇ ਵਿਵਾਦ ਚਰਚਾਵਾਂ 'ਚ ਰਹੇ, ਉੱਥੇ ਪ੍ਰਧਾਨ ਮੰਤਰੀ ਦੀ ਫੇਰੀ ਮੌਕੇ ਲਿਆ ਸਟੈਂਡ ਵੀ ਲੋਕਾਂ ਨੇ ਕਾਬਲੇ ਤਾਰੀਫ ਵੀ ਮੰਨਿਆ, ਹੈ ਨਾ। ਸੋ ਇਹ ਸਾਰਾ ਕੁਛ ਨਾਲ ਨਾਲ ਚੱਲਦਾ ਰਿਹਾ, ਪਰ ਹੁਣ ਫਿਰ ਉਹ ਜਦੋਂ ਸਰਗਰਮ ਹੋਏ, ਸਰਗਰਮ ਹੁੰਦਿਆਂ ਹੀ ਉਹਨਾਂ ਨੂੰ ਜਿਵੇਂ ਸਾਹਮਣੇ ਭੇਜਿਆ ਰਹੇ, ਕੀ ਦਾ ਮਤਲਬ ਇਹ ਚਾਹੁੰਦੇ ਕਿ ਡਰ ਕੇ ਅੰਦਰ ਬੈਠਾ ਰਹੇ ਬੰਦਾ ਜੀ, ਜਾਂ ਇਹਦੇ ਪਿੱਛੇ ਉਹਨਾਂ ਨੂੰ ਲੱਗਦਾ ਕਿ ਹਾਂ ਅਸੀਂ ਇਸ ਤਰ੍ਹਾਂ ਤੰਗ ਕਰਕੇ ਕਿ ਅਸੀਂ ਜਲੰਧਰ ਜਿਮਣੀ ਚੋਣ ਜਿੱਤ ਲਾਂਗੇ ਜਾਂ ਨੁਕਸਾਨ ਕਰ ਲਾਂਗੇ। ਹੁਣ ਇਹ ਹਿਸਾਬ ਕਿਤਾਬ ਆਮ ਆਦਮੀ ਪਾਰਟੀ ਆਪ ਹੀ ਲਾਵੇ, ਮਾਹਰ ਉਹ ਚੰਗੇ ਹੈਗੇ ਨੇ ਇਸ ਮਾਮਲਿਆਂ ਦੇ ਵਿੱਚ, ਸੋ ਚੋਣ ਰਣਨੀਤੀ ਦੇ ਮਾਹਰ ਮੰਨੇ ਜਾਂਦੇ ਨੇ। ਸੋ ਇਹ ਦੇਖਣ ਵਾਲੀ ਗੱਲ ਹੋਈ ਕਿ ਕੀ ਚੰਨੀ ਦੇ ਸਾਹਮਣੇ ਭੇਜਿਆਂ ਦਾ ਅਸਰ ਕਿਤੇ ਆਮ ਆਦਮੀ ਪਾਰਟੀ ਨੂੰ ਵੋਟਾਂ 'ਚ ਹੋਏਗਾ, ਕਿਉਂਕਿ ਉਹ ਤਾਂ ਉਹਨਾਂ ਨੇ ਇਕੱਲੇ ਇਕੱਲੇ ਮਹੱਲਾ 22 ਤੱਕ MLA ਲਾਤੇ ਜੀ, ਤੇ MLA ਨੂੰ ਟਾਸਕ ਦਿੱਤੀ ਕਿ ਘੱਟੋ ਘੱਟ ਜਿੰਨੀਆਂ ਵੋਟਾਂ ਹਰੇਕ ਇਲਾਕੇ 'ਚੋਂ ਪਈਆਂ ਨੇ, ਹਰੇਕ ਬੂਥ 'ਚ ਪਈਆਂ ਨੇ ਪਿਛਲੀ ਵਾਰ ਜੀ, ਉਹ ਤੋਂ ਨਹੀਂ ਘਟਣੀਆਂ ਚਾਹੀਦੀਆਂ। ਬੇਸ਼ੱਕ 9 ਦੇ 9 ਵਿਧਾਨ ਸਭਾ ਹਲਕਿਆਂ 'ਚ 9 MLA ਨਹੀਂ ਹੈਗੇ ਆਮ ਆਦਮੀ ਪਾਰਟੀ ਦੇ, ਪਰ ਕਹਿੰਦੇ ਕਿ ਜੇ ਵਿਧਾਨ ਸਭਾ ਦੀਆਂ ਵੋਟਾਂ ਨਾਲ ਵੀ ਵੋਟਾਂ ਘੱਟ ਗਈਆਂ ਤਾਂ ਜਿਹੜਾ MLA ਤੋਂ ਇੰਚਾਰਜ ਲਾਇਆ ਉਹਨੂੰ ਤਾਂ ਨਹੀਂ ਛੱਡਦੇ ਜੀ, ਤੇ ਘੱਟੋ ਘੱਟ ਜਿਹੜੇ MLA ਸਾਡੇ ਜਿੱਤੇ ਹੋਏ ਨੇ ਉੱਥੇ ਉਹਨਾਂ ਦੇ ਹਲਕਿਆਂ 'ਚ ਸਾਨੂੰ ਲੀਡ ਹੋਣੀ ਚਾਹੀਦੀ ਆ। ਸੋ ਇਸ ਲਈ ਇਹ ਹੁਣ ਮਤਲਬ ਕਿ ਨਵਾਂ ਤਰ੍ਹਾਂ ਦਾ ਟੈਸਟ ਆਮ ਆਦਮੀ ਪਾਰਟੀ ਦਾ ਇਹ ਵੀ ਹੈਗਾ। ਪਰ ਆਹ ਚੰਨੀ ਵਾਲੇ ਮਾਮਲੇ ਦੇ ਵਿੱਚ ਹੱਦ ਹੋ ਗਈ ਕਿ ਇੰਨੀ ਤੇਜ਼ੀ ਕਿ ਲਓ ਜੀ ਬੰਦਾ ਸਵੇਰੇ ਬੋਲੇ ਤੇ ਸ਼ਾਮ ਨੂੰ ਉਹਦੇ ਵਟਸਐਪ 'ਤੇ ਸੁਮਣ ਆ ਜਾਵੇ ਕਿ ਸਵੇਰੇ ਆ ਜਾ ਬਾਈ। ਸੋ ਇਸ ਲਈ ਇਹ ਲੱਗ ਰਿਹਾ ਕਿ ਟਕਰਾਅ ਵਾਲੀ ਸਥਿਤੀ ਬਣਦੀ ਜਾ ਰਹੀ ਹੈ ਜੀ ਜੀ। ਤੇ ਸੰਮਨ ਅੱਜ ਕੱਲ ਈਮੇਲ ਵਟਸਐਪ ਤੇ ਇਦਾਂ ਕਰਨੇ ਸਭ ਅਲਾਊਡ ਹੈ, ਇਦਾਂ ਵੀ ਡਿਜੀਟਲ ਹੋ ਗਿਆ ਸਭ ਜਾਇਜ਼ ਹੈ ਜੀ, ਸਭ ਜਾਇਜ਼ ਹੈ। ਬੰਦਾ ਕਹਿੰਦਾ ਫੋਨ ਤੇ ਸੁਨੇਹਾ ਭੇਜੋ, ਤੋ ਸਰਕਾਰੀ ਦਫ਼ਤਰਾਂ ਦੇ ਵਿੱਚ ਇਹ ਚੀਜ਼ਾਂ ਹੁਣ ਤਾਂ ਮਾਨਤਾ ਪ੍ਰਾਪਤ ਹੁੰਦੀਆਂ ਜਾ ਰਹੀਆਂ, ਅਦਾਰਿਆਂ 'ਚ ਮਾਨਤਾ ਪ੍ਰਾਪਤ ਹੁੰਦੀ ਹੈ। ਜਿਹੜੇ ਈਮੇਲ ਤਾਂ ਕਾਫੀ ਦੇਰ ਪਹਿਲਾਂ ਤੋਂ ਹੀ ਵੈਲਿਡ ਮੰਨੀ ਜਾਣੀ ਸ਼ੁਰੂ ਹੋ ਗਈ ਸੀ, ਹੁਣ ਵਟਸਐਪ ਨੂੰ ਵੀ ਮਾਨਤਾ ਦਿੱਤੀ ਜਾਣੀ ਸ਼ੁਰੂ ਹੋਈ ਹੈ। ਸੋ ਇਸ ਲਈ ਇਹ ਮੰਨ ਲਿਆ ਗਿਆ, ਵੈਸੇ ਚਿੱਠੀ ਪੱਤਰ ਰਾਹੀਂ ਆਜੂਗਾ ਤੁਰੰਤ ਦੱਸਣ ਲਈ ਕਿ ਦੇਖੋ ਬੰਦਾ ਇਹ ਨਾ ਕਹੇ ਕਿ ਮੈਨੂੰ ਤਾਂ ਮਿਲਿਆ ਨਹੀਂ ਜੀ। ਸੋ ਉਸ ਹਵਾਲੇ ਨਾਲ ਵੀ ਸਰਕਾਰ ਨੇ ਜਦੋਂ ਬਚਣਾ ਹੁੰਦਾ ਉਦੋਂ ਇਦਾਂ ਕਹਿ ਦਿੰਦੇ ਵੀ ਅਸੀਂ ਚਿੱਠੀ ਨਹੀਂ ਮਿਲੀ, ਉਦੋਂ ਨੋਟੀਫਿਕੇਸ਼ਨ ਨਹੀਂ ਹੋਇਆ, ਅਜੇ ਨੋਟੀਫਿਕੇਸ਼ਨ ਨਹੀਂ ਹੋਇਆ, ਉਦੋਂ ਫਿਰ ਉਦੋਂ ਇਹ ਰਾਹ ਲੱਭ ਲੈਂਦੇ ਆ ਜੀ।